ਆ ਗਏ ਸਾਖੀ ਤੀਸਰੀ ਚਲੀ, ਗੁਰੂ ਜੀ ਬਹਾਦਰਗੜ੍ਹ ਦਬਾ ਲਗਾ ਕੇ ਬੈਠੇ, ਲੋਕਾਂ ਹਰੀਜਨ ਫੜੇ ਜੋ ਜ਼ਹਿਰ ਦੇ ਕੇ ਗਊ ਹੱਤਿਆ ਕਰਦੇ ਸਨ, ਤਾਂ ਗੁਰੂ ਜੀ ਹੁਕਮ ਦਿੱਤਾ, ਜੇਕਰ ਸੱਚ ਕਹੋਗੇ ਤਾਂ ਛੱਡਾਂਗੇ। ਉਹਨਾਂ ਸੱਚ ਕਿਹਾ, ਅਸੀਂ ਚੰਮਾ ਦੇ ਅਰ ਮਾਸ ਦੇ ਲੋਭ ਪਿੱਛੇ ਮਾਰਨੇ ਹਾਂ, ਹੁਕਮ ਹੋਆ ਸਿੱਖੋ ਛੱਡ ਦਿਓ। ਸਿੱਖਾਂ ਅਰਜ ਕੀਤੀ, ਗੁਰੂ ਜੀ ਸਾਡਾ ਕੀ ਹਾਲ, ਹੋਰ ਲੋਕ ਰਾਜੇ ਜਾਂਗਲੀ ਮਿਰਗਾਂ ਦਾ ਸ਼ਿਕਾਰ ਮਾਰਦੇ ਹਨ, ਹਰੀਜਨ ਭੈਂਸ ਗਊਆਂ ਮਾਰ ਕੇ ਸ਼ਿਕਾਰ ਕਰਦੇ ਹਨ, ਇਹਨਾਂ ਕਈ ਪਸ਼ੂ ਮਾਰ ਗਵਾਏ ਹਨ। ਤਾਂ ਗੁਰੂ ਜੀ ਬਚਨ ਕੀਤਾ, ਤੁਸੀਂ ਪਸ਼ੂਆਂ ਦੀ ਤੁੱਚਾ ਦਾ ਮੋਲ ਲੈ ਕੇ ਉਸਦੀ ਗਊ ਖਰੀਦ ਕੇ ਟਹਿਲ ਕਰੋ, ਤੁਹਾਡਾ ਪੁੰਨ ਹੋਗਾ, ਫਿਰ ਕੋਈ ਨਾ ਮਾਰੇਗਾ, ਗਊ ਰੱਛਿਆ ਹੋਵੇਗੀ। ਸਿੱਖਾਂ ਪੁੱਛਿਆ, ਹੇ ਗੁਰੂ ਜੀ ਜੋ ਕਿ ਸ਼ੋਹਤ ਮੰਨਦੇ ਹਨ, ਤਾਂ ਗੁਰੂ ਜੀ ਬਚਨ ਕੀਤਾ, ਸ਼ਬਦ ਚਾਰ, ਅੰਧਾ ਆਗੂ ਜੇ ਥੀਏ ਕਿਉ ਪਾਦਰ ਜਾਵੇ, ਹਰੀਜਨ ਗਊਆਂ ਕੋ ਜ਼ਹਿਰ ਦੇ ਕਰ ਮਾਰ ਦਿੰਦੇ ਹਨ ਵਾਸਤੇ ਚਮੜੇ ਦੇ, ਸੋ ਇਹਨਾਂ ਕੋ ਮਜ਼ੂਰੀ ਦੇਵਣੀ ਚਾਹੀਏ, ਚਮ ਨਹੀਂ ਦੇਵਣਾ ਚਾਹੀਏ, ਕਿਉਂ ਜੋ ਗਊ ਹੱਤਿਆ ਇਹਨਾਂ ਕਰਨ। ਅੱਗੇ ਰਾਜ ਬ੍ਰਾਹਮਣਾਂ ਦਾਸੀ ਖੱਤਰੀ ਵੈਸ਼ ਸ਼ੂਦਰ ਇਹ ਸਭ ਲੱਗੇ ਨਾਮਦਾਨ ਇਸ਼ਨਾਨ ਦੇ ਸਾਧਨ ਕਰਨ, ਉਹਨਾਂ ਦਾ ਤੇਜ ਵੱਧ ਗਿਆ। ਫਿਰ ਬ੍ਰਾਹਮਣਾ ਕ੍ਰੋਧ ਕੀਤਾ, ਜਪ ਤਪ ਛੋੜ ਕਰ ਕਰਮ ਕਸਾਈ ਬਣੇ, ਨੀਚਧਾਰੀ ਲੋਕਾਂ ਪਾਸ ਬਹੁਤ ਧਨ ਹੈ ਜਿਸ ਕਰਕੇ ਨੁਕਸਾਨ ਹੋਵੇ, ਸੋ ਕੁਝ ਲਿਖੋ ਫਿਰ ਗੁਣ ਔਗੁਣ ਸ਼ੋਹਤ ਲੱਗੇ ਦੱਸਣ। ਸ਼ਬਦ ਨਰੂ ਮਰੇ ਨਰਕਾਮ ਨਾ ਆਵੇ, ਪਸ਼ੂ ਮਰੇ ਦਸਕਾਜ ਸਵਾਰੇ, ਰਾਜੇ ਬਾਬੂ ਕਿਸੇ ਚੰਮ ਦੀ ਸ਼ੋਹ ਨਹੀਂ ਰੱਖੀ, ਚਾਰ ਬਰਨ ਸ਼ੋਹਤ ਨਹੀਂ ਰੱਖਦੇ, ਖੇਤੀ ਕਰਨ ਵਾਲੇ ਕੱਚੇ ਚੰਮਾਂ ਦੇ ਰੱਸੇ ਕੀਏ ਚਰਸੇ ਬੋਕੇ ਵਰਤਦੇ ਹਨ, ਰਾਜੇ ਛੱਤਰੀ ਚੰਮ ਦੇ ਕਮਰ ਕੱਸੇ ਕਰਦੇ ਹਨ, ਦੇਵਤਾ ਕੇ ਦੁਆਰੇ ਵਿਖੇ ਸਾਰੰਗੀ ਡਫ ਢੋਲਕੀ ਜੋੜੀਆਂ ਵਰਤਮਾਨ ਹਨ, ਅਰ ਬ੍ਰਾਹਮਣ ਜੁੱਤੀਆਂ ਮਨਸਾ ਕੇ ਲੈਂਦੇ ਹਨ, ਤਾਂ ਤੇ ਚਾਹੀਏ ਹਰੀਜਣਾ ਸੇ ਚੰਮ ਲੇਕਰ ਮਜ਼ੂਰੀ ਖਰਚ ਕਰ, ਜੋੜਾ ਬਣਵਾ ਕਰ ਬਿਹੰਗਮ ਸਿੱਖਾਂ ਕੋ ਪਿਣਾ ਦੇਵੋ। ਬੋਲੋ ਸ਼੍ਰੀ ਵਾਹਿਗੁਰੂ ਜੀ। ਇੱਕ ਸਿੱਖ ਨੇ ਅਰਜ ਕਰੀ, ਮੈਂ ਨੌ ਧੀ ਦੀ ਰੀਤ ਕਰਾਂ। ਗੁਰੂ ਜੀ ਬਚਨ ਕੀਤਾ, ਸਿੱਖਾ ਤੂੰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾ, ਬਾਲ ਰੱਛਿਆ ਹੋਵੇਗੀ, ਹੋਰ ਰੀਤ ਕਰਨੇ ਸੇ ਨੌ ਧੀਆਂ ਦਾ ਪਰਦਾ ਜ਼ਾਹਿਰ ਹੋਤਾ ਹੈ, ਗਰਭਵਾਨ ਹੋਣਾ ਦੂਸਰਾ ਜਨਮ ਹੈ, ਕਈ ਮਾਵਾਂ ਕਈ ਲੜਕੇ ਬਿਣਸ ਜਾਂਦੇ ਹਨ, ਅਤੇ ਤੁਸੀਂ ਇਸ ਦੀ ਸ਼ਾਦੀ ਦਾ ਸ਼ੁਕਰਾਨਾ ਮਨਾਇਆ ਕਰੋ, ਨਾਮਦਾਨ ਦੇ ਕੇ ਭਜਨ ਪਾਠ ਕਰਾਓ, ਜੋ ਇਸ ਦਾ ਭਲਾ ਹੋਵੇ ਚੌਪਈ। ਸਿੱਖ ਗੁਰੂ ਕੇ ਆਗਿਆ ਮਾਨੀ, ਸਾਖੀ ਭੋਗ ਜੂ ਪਾਏ ਗਿਆਨੀ, ਕੇਸਗੜ ਕੋ ਗੁਰੂ ਪਧਾਰੇ, ਸਿੰਘ ਵਾਹਿਗੁਰੂ ਮੁਖੋਂ ਉਚਾਰੇ। ਆ ਗਏ ਸਾਖੀ ਚੌਥੀ ਚਲੀ, ਸ਼੍ਰੀ ਗੁਰੂ ਜੀ ਕੇਸਗੜ ਸਾਹਿਬ ਜੀ ਦੀਵਾਨ ਲਗਾ ਕੇ ਬੈਠੇ, ਹੁਕਮ ਹੁਆ ਸਿੱਖੋ ਪੰਜ ਖੰਡੇ ਲਿਆਓ, ਇੱਕ ਸਾਡੇ ਸੀਸ ਦਾ ਸੀਸ ਰੱਛਿਆ ਵਾਸਤੇ, ਅਰ ਚਾਰ ਚਾਰੋਂ ਸਾਹਿਬਜ਼ਾਦਿਆਂ ਕੇ ਵਾਸਤੇ ਲਿਆਓ। ਗੁਰੂ ਜੀ ਦਸਤਖਤ ਖੰਡਿਆਂ ਪਰ ਪਾਏ, 1755 ਚੇਤਰ 1 ਨੂੰ
ਸੁਖ ਬਾਡੀ ਨੇ ਉਕਰੇ ਪ੍ਰੇਮ ਸੇ ਬਣਾਏ ਕਰ ਲਿਆਏ ਹਾਜ਼ਰ ਕੀਏ। ਗੁਰੂ ਜੀ ਦੇਖ ਪ੍ਰਸੰਨ ਹੋਏ ਅਰ ਬਚਨ ਕੀਆ ਸਿੱਖਾ ਨਿਹਾਲ, ਅਰ ਹੇ ਸਿੱਖਾ ਇਹ ਖੰਡਾ ਮੇਰਾ ਸਰੂਪ ਹੈ। ਬਹੁਤ ਦਿਨ ਜੇ ਸਿੱਖੋਂ ਕੋ ਦਰਸ਼ਨ ਦੇ ਕੇ ਉਧਾਰ ਕਰੇਗਾ। ਦੋਹਰਾ ਸਤਿਗੁਰ ਖੰਡੇ ਦੇਖ ਕਰ ਹੋਏ ਬਹੁਤ ਕਿਰਪਾਲ, ਦਰਸ਼ਨ ਕਰਕੇ ਤੁਰੰਤ ਹੀ ਹੋਵੇ ਸਿੱਖ ਨਿਹਾਲ। ਵਾਹਿਗੁਰੂ ਕਾ ਜਾਪ ਕਰ ਜਪ ਜੀ ਪੜੇ ਵਿਚਾਰ, ਅੰਮ੍ਰਿਤ ਖੰਡੇ ਕਾ ਛਕੇ ਮਹਿਮਾ ਅਪਰ ਅਪਾਰ। ਸ੍ਰੀ ਗੁਰੂ ਨਾਨਕ ਜੀ ਪਾਵੇ ਸ੍ਰੀ ਚੰਦ, ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਣੇ ਕੇ ਸਮੇਂ ਕਦੇ ਵੀ ਅੰਮ੍ਰਿਤ ਮੇਂ ਗੰਗਾ ਕਾ ਜਲ ਨਹੀਂ ਪਾਇਆ। ਦਸ ਪਾਤਸ਼ਾਹੀਆਂ ਸੰਗਤ ਖਾਲਸੇ ਜੀ ਕਾ ਗੰਗਾ ਇਸ਼ਟ ਨਹੀਂ, ਦੇਖੋ ਦੇਖੀ ਦਾ ਮੇਲਾ ਹੈ। ਆਗੇ ਸਾਖੀ ਪੰਜਵੀਂ ਚਲੀ, ਗੁਰੂ ਸੱਚਾ ਪਾਤਸ਼ਾਹ ਕੇਸਗੜ੍ਹ ਵਿਖੇ ਦੀਵਾਨ ਲਗਾ ਕਰ ਸੋਢੀ ਪਾਤਸ਼ਾਹ ਬੈਠਾ, ਸਿੱਖ ਕਾਲ ਵਸ ਹੁਆ। ਸਿੱਖਣੀ ਨੇ ਸ਼ਸਤਰ ਕਥਾ ਸੁਣੀ ਸੀ, ਸਤੀ ਹੋਣੇ ਦਾ ਮਹੱਤਮ ਬਹੁਤ ਹੈ। ਗੁਰਾਂ ਪਾਸ ਆਖਣ ਲੱਗੀ, ਹੇ ਪਾਤਸ਼ਾਹ ਮੈਂ ਸਤੀ ਹੋਵਣੀ ਹਾਂ, ਸਤਿਗੁਰੂ ਜੀ ਬਚਨ ਕੀਤਾ, ਹੇ ਸਿੱਖਣੀਏ ਦੇਖੀ ਸਤੀ ਨਾ ਹੋਈ, ਆਤਮਘਾਤ ਹੋਵੇਗਾ। ਵਿਧਵਾ ਸੰਤੋਖ ਰੱਖੇ ਤਾਂ ਬੜਾ ਪੁੰਨ ਹੈ, ਜੇ ਸੰਤੋਖ ਨਾ ਰੱਖੇ ਤੋ ਸਿੱਖ ਨਾਲ ਆਨੰਦ ਪੜਾ ਲਵੇ ਤਾਂ। ਸਿੱਖਣੀ ਆਗਿਆ ਮਾਨ ਕਰ ਸਤੀ ਨਾ ਹੋਈ, ਸਿੱਖ ਦਾ ਸੰਸਕਾਰ ਕੀਤਾ, ਜਪਜੀ ਸਾਹਿਬ ਦਾ ਪਾਠ ਕਰ, ਮਾਰੂ ਦੀ ਵਾਰ ਪੜ੍ਹੀ, ਕੀਰਤਨ ਸੋਹਿਲਾ ਪੜ੍ਹ ਕਰ ਅਰਦਾਸ ਕਰ, ਕੜਾਹ ਪ੍ਰਸਾਦ ਵਰਤਾਏ, ਚਿਖਾ ਵਿਖੇ ਪ੍ਰਸ਼ਾਦ ਪਾਇਆ, ਸਰਬ ਮਰਿਆਦਾ ਸਤਿਗੁਰਾਂ ਥੀ ਸੁਣੀ। ਅਰ ਸੰਗਤ ਨੇ ਪੁੱਛਿਆ, ਹੇ ਦੀਨਾਨਾਥ ਗੁਰੂ ਜੀ, ਅਸਾਂ ਕਥਾ ਵਿੱਚ ਸੁਣਿਆ ਹੈ ਕਿ ਸਤੀ ਆਪਣੇ ਪਤੀ ਸਾਥ ਹਜ਼ਾਰ ਬਰਸ ਸੁਰਗ ਭੋਗਦੀ ਹੈ, ਹੁਣ ਆਪ ਨੇ ਕਿਸ ਤਰ੍ਹਾਂ ਆਗਿਆ ਦੇਈ ਹੈ? ਗੁਰਾਂ ਹੁਕਮ ਕੀਤਾ, ਜੋ ਸਿੱਖ ਸਿੱਖਣੀ ਦੋਨੋਂ ਸਾਡਾ ਮੰਤਰ ਪੜਨਗੇ ਅਰ ਖੰਡੇ ਦਾ ਅੰਮ੍ਰਿਤ ਛਕਣਗੇ, ਉਹ ਮਾਤ ਲੋਕ, ਸਵਰਗ ਲੋਕ, ਫਿਰ ਬੈਕੁੰਠ ਲੋਕ ਵਿਖੇ ਸੁੱਖ ਭੋਗਣਗੇ, ਆਪਣੇ ਪਿੱਤਰਾਂ ਕਾ ਉਧਾਰ ਕਰਨਗੇ। ਜਿਹੜੀ ਸਿੱਖਣੀ ਖੰਡੇ ਦਾ ਅੰਮ੍ਰਿਤ ਨਾ ਛਕੇਗੀ, ਉਹ ਸਿੱਖਾਂ ਨਾਲੋਂ ਅਕਾਲ ਪੁਰਖ ਦੀ ਦਰਗਾਹੇ ਵਿਛੜ ਜਾਏਗੀ। ਸੁਨਤ ਜਨੇਊ ਨਹੀਂ ਅਰ ਨਿਗੁਰੀ ਰੱਖਦੇ ਹਨ ਤਾਂ ਗਤੀ ਨਹੀਂ ਹੁੰਦੀ। ਗੁਰਾਂ ਬਚਨ ਕੀਤਾ, ਸਿੰਘ ਧਰਮ ਮੈਂ ਖੰਡੇ ਕਾ ਅੰਮ੍ਰਿਤ ਹੀ ਸੰਸਕਾਰ ਗੁਰੂ ਹੈ। ਹਿੰਦੂ ਤੁਰਕ ਦੋਨੋਂ ਇਸਤਰੀ ਕੋ ਸੰਸਕਾਰ ਨਹੀਂ ਕਰਦੇ। ਸਿੰਘ ਪ੍ਰਸੰਨ ਹੋਏ ਸੁਣਕਰ ਅਤੇ ਅਰਜ ਕਰੀ ਤਾਂ ਸੱਚੇ ਪਾਤਸ਼ਾਹ ਸਿੱਖਾਂ ਦੀ ਬੇਨਤੀ ਮੰਨ ਕਰ ਮੰਤਰੋ ਸੇ ਅੰਮ੍ਰਿਤ ਕੋ ਲਗੇ ਤਿਆਰ ਕਰਨ ਖੰਡੇ ਨਾਲ। ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ, ਤਬ ਪ੍ਰਸਾਦ ਸਵੈਯੈ ਸਰਾਵਗ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਕਰ ਜੋਤ ਜਤੀ ਕੇ, ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਮਤ ਕੋਉ ਨਾ ਦੇਖਿਅਤ ਪ੍ਰਾਣਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ, ਕੋੜ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ,
ਭਾਰੀ ਭੁਜਾਨ ਕੇ ਭੂ ਭਲੀਪਤ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭੈ ਤੋ ਕਹਾਂ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਬਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਿਗਾਰੇ ਗੂੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਿਆ ਦਮਦਾਨ ਸੁਸੰਜਮ ਨੇਮ ਅਨੇਕ ਬਸਿੱਖ ਹੈ ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪਿੱਖ ਹੈ ਪੌਣ ਆਹਾਰ ਜਤੀ ਜਤਾਰ ਸਭੈ ਸੋ ਬੇਚਾਰ ਹਜ਼ਾਰਕ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾ ਦੁਰੰਤ ਦੁਬਾ ਸੁਸਾਜ ਸੁਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਣ ਮਲੈਂਗੇ ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਬੜੇ ਬਰਿਆਰ ਅਭਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਣ ਮਲਿਆ ਗਾੜੇ ਗੜਾਨ ਕੋ ਤੋੜਨਹਾਰ ਸੁਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨਵ ਦੇ ਫੜਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਣ ਬਾੜ ਜੈਤ ਤੁਨ ਪਾਪਣ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਭੇ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਿਰਾਤਪ ਜੋਨ ਤ੍ਰਿਲੋਕ ਕੋ ਰਾਜ ਕਰੇਂਗੇ ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਬਿਸ਼ਨ ਸਚਿਪਤ ਅੰਤ ਫਸੇ ਜਮਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪਰਸ ਹੈ ਪਗਤੇ ਨਰ ਫਿਰਨਾ ਦੇਹ ਧਰੇਂਗੇ ਕਹਾਂ ਪਯੋ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਹੋ ਬਕ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਸ ਸਮੁੰਦਰਨ ਲੋਕ ਗਇਓ ਪਰਲੋਕ ਗੁਵਾਇਓ ਬਾਸ ਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੁਬੈਸ ਬਿਤਾਇਓ ਸਾਚ ਕਹੋ ਸੁਣ ਲੇ ਸਭੈ ਜਿਨ ਪ੍ਰੇਮ ਕਿਓ ਤਿਨਹੀਂ ਪ੍ਰਭ ਪਾਇਓ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪੁਸ਼ਾਕ ਕੋ ਸੀਸ ਨਵਾਇਓ ਕਉ ਬੁਤਾਨ ਕੋ ਪੂਜਿਤ ਹੈ ਪਸ ਕਉ ਮਿਰਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਇਹ ਮੰਤਰ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ 1756 ਵੈਸਾਖ 1 ਸਾਰੇ ਸਿੱਖੀ ਸੰਯੁਕਤ ਸਮੂਹ ਸਿੰਘਣੀਆਂ ਨੂੰ ਸ੍ਰੀ ਕਲਗੀਧਰ ਜੀ ਨੇ ਅੰਮ੍ਰਿਤ ਛਕਾਇਆ ਉਸੇ ਵੇਲੇ ਮਲੇਸ਼ਪੁਣਾ ਦੂਰ ਹੋ ਗਈ ਸਿੰਘ ਸਜੇ ਫਤਿਹ ਸ੍ਰੀ ਵਾਹਿਗੁਰੂ ਕੀ ਗਜਾਈ ਹੁਕਮ ਦਿੱਤਾ ਸਭ ਸੰਗਤ ਸੰਤ ਖਾਲਸਾ ਨਰ ਨਾਰੀ ਅੰਮ੍ਰਿਤ ਛਕੋ ਗੁਰੂ ਸੱਚੇ ਪਾਤਸ਼ਾਹ ਕਲਗੀਧਰ ਪੰਥ ਕੇ ਵਾਲੇ ਜਗਤ ਗੁਰੂ ਜੀ ਨੇ ਕੇਸਗੜ ਖਲੋ ਕੇ ਸਾਰੀ ਸੰਗਤ ਕੋ ਅੰਮ੍ਰਿਤ ਛਕਾ ਕੇ ਧਾਰਿਆ ਹੁਕਮ ਦਿੱਤਾ ਹੇ ਸਿੰਘੋ ਜੈਸੇ ਸਰੀਰ ਦੇ ਸਭ ਅੰਗ ਹਨ ਤੈਸੇ ਹੀ ਇਹ ਸਭ ਰੂਮ ਹਨ ਹਿੰਦੂ ਇੱਕ ਬੋਧੀ ਰੱਖਣੇ ਕਰਕੇ ਪਵਿੱਤਰ ਹਨ ਪਰ ਬੋਧੀ ਚਿੰਨ੍ਹ ਕੇਸਾਂ ਦਾ ਹੈ ਭਈ ਮਲੂਮ ਰਹੇ ਜੋ
किसी जमाने में ये सब केसाधारी सिंह थे और केस अनादि हन। फिर श्री गुरु जी अरापत हस्ती पर असवार होकर जंग की तैयारी करी। अमृत छकने से सिंह बड़े बलवान होते पए। एक सिंह हजार तुर्क में कूद पड़े, 10-20 कत्ल करे, बाकी भज जान। श्री कलगीधर जी के हजूर आए कर फतेह गजावे, जीत के निशान झूले रण में, तुर्क कोई जीता ना नजर आवे। होवे तुर्क सभी हैरान, मारे भूख होवे वैरान, होए शर्मिंदे परेशान, भागे जावें तज कुलकान। सिंघा प्यारिया ने तुर्का को मार के निर्बीज किया, सगल जगत में खालसा पंथ गाजे। जग धर्म हिंदक तुर्क दुंद पाचे, जपो जाप एक है हरे हर अकालंग, हवे तब दुनिया सब शिन्नत में निहालंग। शब्द कर नमस्कार पूरे गुरुदेव, सफल मूरत सफल जाकी सेव, अंतर जामी पुरख विदाता, आठ पहर नाम रंगराता, गुरु गोविंद गुरु गोपाल, अपने दास को राखनहार, कुंडलिया श्री गुरु की जीत का डंका बजा अपार। पहरो चौकी पैदलंग कोड़े और असवार, कोड़े और असवार आए कर फतेह बुलावे, वाहिगुरु की जीत तुर्क की हार सुनावे। सिंह इकहत्तर होए कै मन में करे विचार, अमृत छक दे सार ही हम होए होशियार। श्री गुरु जी ने अमृत तैयार करके रखिया, ता किते दो चिड़िया ने चुंज भर के छक लिया और आपस में लड़ मरिया। यह वार्ता माता जी ने देखी, उसी वक्त पतासे लेकर अमृत दे विच पाए। पुन सिंह आपस विखे प्रीत रखने लगे, पर जब सिंह शेर ते बघियाड़ को रण में छड़िया, सो ललकारे तब जंग करनगे पारे, बिना आई थे कोई नहीं मारे। जब काल का समा आउंदा है, घर बैठे ही मर जाते हैं। पै ना राखो तेग की तार ही चखो, ता श्री गुरु कलगीधर जी प्रसन्न हो के वचन कीता, 5,000 रुपए की रस्त का कड़ा प्रसाद सजाओ, अकाल पुरख अगे अरदास कर तुर्क की हार मनाओ, कड़ाह प्रसाद खुशी से वर्ताओ, संतोख से खाओ। तुर्क हैरान हुए, सोचन लगे सारी फौज साड़ी मारी गई, बड़ा जुल्म हुआ। तब औरंगजेब बादशाह ने नजूमिया को बुलाकर पूछा, क्या सबब है मेरी हार हुई है और हिंदुओं के गुरु की जीत हुई, और हमने सुना है कि सिखा को गुरु अमृत छकाउंदा है अते आखदा है तुसी किसी से ना डरो, और सिंघों का गुरु बड़े जोर में आया है और कहंदा है कि 1,25,000 से एक लड़ाऊं, और सिखों को सिंह कहन लग पे हैं। सिंह सभी मुल्क लेवेंगे, राज होवेंगे, जंगल बूटे विच सिंह करन पुकार, सत जयकार ऐसी बातें सिखा दा गुरु आखता है। कुछ अकल काम नहीं कर दी,
ਅਬ ਤੁਸੀਂ ਬਤਾਓ ਅੰਮ੍ਰਿਤ ਕਿਸ ਨੂੰ ਆਖਦੇ ਹਨ? ਮੇਰੇ ਕੋ ਬੜੀ ਚਿੰਤਾ ਲੱਗੀ ਹੋਈ ਹੈ। ਨਜੂਮੀਆਂ ਨੇ ਆਖਿਆ ਕਿ ਕਿਬਲੇ ਪਨਾਹ ਜਿਸ ਕੋ ਤੁਮ ਆਬਾ ਹਯਾਤ ਕਹਿੰਦੇ ਹੋ ਉਸ ਦਾ ਨਾਂ ਹਿੰਦੀ ਜ਼ਬਾਨ ਵਿਖੇ ਅੰਮ੍ਰਿਤ ਹੈ। ਬਾਦਸ਼ਾਹ ਸੁਣ ਕੇ ਹੈਰਾਨ ਹੋਇਆ ਕਿ ਅਬ ਸਿੱਖ ਮੁਝੇ ਜੇਰ ਕਰਨਗੇ, ਇਹ ਮਰਨੇ ਸੇ ਨਾ ਡਰਨਗੇ, ਛੇਤੀ ਜੰਗ ਕਰਨਗੇ। ਜਿਨ੍ਹਾਂ ਦੇ ਗੁਰੂ ਪਾਸ ਆਬਾ ਹਯਾਤ ਹੈ ਤੁਰਕਮਨ ਮੈਂ ਜਾਣ ਗਿਆ, ਅਬ ਸਾਡੀ ਗਰਦਿਸ਼ ਉਡੇਗੀ। ਐਸੀ ਵਿਚਾਰ ਮਨ ਮੈਂ ਰਹੀ, ਸਾਰੀ ਰਾਤ ਹੀ ਨੀਂਦ ਨਹੀਂ ਪੜੀ। ਇੱਧਰ ਸ੍ਰੀ ਗੁਰੂ ਮਹਾਰਾਜ ਜੀ ਦੀਵਾਨ ਲਗਾ ਬੈਠੇ, ਆਸਾ ਦੀ ਵਾਰ ਰਾਗੀਆਂ ਲਾਈ, ਅਨੰਦਪੁਰ ਅਰਦਾਸ ਕਰੀ, ਕੜਾਹ ਪ੍ਰਸ਼ਾਦ ਵਰਤਾਇਆ। ਇੱਕ ਸਿੰਘ ਨੇ ਹੱਥ ਜੋੜ ਅਰਦਾਸ ਕਰੀ, ਸੱਚੇ ਪਾਤਸ਼ਾਹ ਜਿਹੜੀਆਂ ਸਿੱਖਣੀਆਂ ਅੰਮ੍ਰਿਤ ਨਹੀਂ ਛਕਦੀਆਂ ਉਹਨਾਂ ਦਾ ਕੀ ਹਾਲ ਹੈ? ਗੁਰੂ ਜੀ ਵਚਨ ਕੀਤਾ, ਹੇ ਸਿੱਖਾ, ਉਹ ਆਪਣੇ ਪਤੀ ਸਾਥ ਪ੍ਰੀਤ ਨਹੀਂ ਰੱਖਦੀਆਂ, ਦਿਲੋਂ ਬੇਮੁੱਖ ਹਨ। ਇਹੋ ਜਿਹੀਆਂ ਪਿਛਲੇ ਜਨਮ ਤੁਰਕਾਂ ਦੀਆਂ ਧੀਆਂ ਸਨ। ਇਹਨਾਂ ਦੇ ਕੰਨੀ ਸ਼੍ਰੀ ਗੁਰੂ ਜੀ ਦੀ ਬਾਣੀ ਦਾ ਆਵਾਜ਼ਾ ਪਿਆ ਸੀ, ਇਸ ਕਰਕੇ ਹੁਣ ਇਹਨਾਂ ਸਿੱਖਾਂ ਦੇ ਘਰ ਜਨਮ ਲਿਆ ਹੈ। ਮੁਸਲਮਾਨ ਹਿੰਦੂ ਮਤੇ ਕੀ ਪਹਿਲੇ ਕੰਘੀ ਬਣਦੀ ਸੀ, ਹੁਣ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨਾਲ ਕੰਘਾ ਪੈਦਾ ਹੋਇਆ। ਸਿੰਘ ਪੰਥ ਵਾਸਤੇ ਨੀਵੀ ਪਿੱਠ ਵਾਲੀ ਕੰਘੀ ਰੱਖਣੀ ਦੋਸ਼ ਹੈ, ਜਿਹੜੀਆਂ ਤੰਬਾਕੂ ਦੀ ਨਸਵਾਰ ਲੈਂਦੀਆਂ ਹਨ, ਗੌਰਾਂ ਨੂੰ ਪੂਜਦੀਆਂ ਹਨ, ਪ੍ਰੀਤੀ ਸਾਜ ਤੁਰਕਾਂ ਨੂੰ ਦਾਨ ਦਿੰਦੀਆਂ ਹਨ। ਇਹੋ ਜਿਹੀਆਂ ਫਿਰ ਤੁਰਕਾਂ ਦੇ ਘਰ ਜਨਮ ਲੈਣਗੀਆਂ, ਜੋ ਤੰਬਾਕੂ ਦੀ ਨਸਵਾਰ ਲਏ ਉਸ ਦੇ ਹੱਥੋਂ ਪੁੰਨ ਨਹੀਂ ਲੱਗਦਾ, ਆਪਣਿਆਂ ਭਰਤਿਆਂ ਨੂੰ ਵੀ ਤੁਰਕਾਂ ਦੇ ਜਨਮ ਪਾਉਣਗੀਆਂ, ਜਿਹੜੇ ਸਿੱਖਾਂ ਦੇ ਪੁੱਤਰ ਹੋਣਗੇ। ਸਿੱਖਣੀ ਕੋ ਗੁਰੂ ਕਾ ਉਪਦੇਸ਼ ਦੇ ਕਰਕੇ ਅਤੇ ਡਰਾ ਕੇ ਵੀ ਅੰਮ੍ਰਿਤ ਖੰਡੇ ਦਾ ਛਕਾ ਦੇਣਗੇ। ਨਿਗੁਰੇ ਕਾ ਮੁੱਖ ਦੇਖਣਾ ਪਾਪ ਹੈ, ਸਿੱਖ ਧਰਮ ਮੈਂ ਖੰਡੇ ਦਾ ਅੰਮ੍ਰਿਤ ਹੀ ਗੁਰੂ ਹੈ। ਕਾਨ ਮੈਂ ਵਾਹਿਗੁਰੂ ਨਾਮ ਮੰਤਰ ਸੁਣਾ ਦੇਣਾ ਦੂਰੋਂ ਕਹਿਣੇ ਸੇ ਅਸਰ ਨਹੀਂ ਹੁੰਦਾ। ਸ਼ਬਦ ਗੁਰ ਮੰਤਰ ਕਾਨ ਮੈਂ ਦਿਓ, ਜਿਹੜੇ ਸਾਡੇ ਮੰਤਰਾਂ ਸਾਥ ਅੰਮ੍ਰਿਤ ਛਕਾ ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਕਾ ਉਪਦੇਸ਼ ਸੁਣ ਕੇ ਫਿਰ ਕਿਸੇ ਬੈਰਾਗੀ, ਜੋਗੀ, ਸੰਨਿਆਸੀ, ਗਰੀਬ ਦਾਸੀ ਕੇ ਜਾਂ ਅਥਵਾ ਕਿਸੇ ਹੋਰ ਕੇ ਇਸ਼ਟ ਕੋ ਪੂਜਣਗੇ, ਉਹ ਫਿਰ ਦੂਸਰੀ ਵਾਰ ਤਨਖਾਹ ਲਵਾ ਕੇ ਖੰਡੇ ਦਾ ਅੰਮ੍ਰਿਤ ਛਕਣਗੇ, ਤਾਂ ਉਹਨਾਂ ਕੋ ਗੁਰੂ ਸਾਹਿਬ ਜੀ ਕੇ ਹਜ਼ੂਰ ਬੈਠਣਾ ਮਿਲੇਗਾ, ਨਹੀਂ ਤਾਂ ਤੁਰਕ ਕੀ ਜੂਨੀ ਪੈਣਗੇ। ਸਿੰਘਾਂ ਪੁੱਛਿਆ, ਗੁਰੂ ਜੀ ਤੁਹਾਡੇ ਦਸਤਖਤੀ ਖੰਡੇ ਕਿੱਥੇ ਰਹਿਣਗੇ? ਗੁਰੂ ਜੀ ਬਚਨ ਕੀਤਾ, ਹਰਸਰ ਸ੍ਰੀ ਗੁਰੂ ਸਾਹਿਬ ਜੀ ਦੇ ਪਾਸ ਰਹਿਣਗੇ, ਹਰ ਸਿੰਘ ਦਰਸ਼ਨ ਕਰਕੇ ਨਿਹਾਲ ਹੋਣਗੇ। ਚੌਪਈ ਗੁਰੂ ਸਾਹਿਬ ਜੀ ਕਰੀ ਸੁਆਰੀ, ਲਿਖੀ ਸੁ ਸਾਖੀ ਪ੍ਰੇਮ ਪਿਆਰੀ, ਸ਼ੇਰ ਮਸਤਕਾ ਕੀਆ ਸ਼ਿਕਾਰ, ਸ੍ਰੀ ਗੁਰੂ ਪੂਰੇ ਗੋਲੀ ਮਾਰ, ਬੋਲੇ ਪ੍ਰੇਮ ਸਹਿਤ ਸ੍ਰੀ ਵਾਹਿਗੁਰੂ।